ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਟਿੱਪਣੀਆਂ ਕਰਨ ਤੇ ਅਕਾਲੀ ਲੀਡਰ ਪਰਮਵੰਸ ਸਿੰਘ ਬੰਟੀ ਰੋਮਾਣਾ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਮਟੌਰ ਥਾਣਾ ਘੇਰ ਲਿਆ। ਬੰਟੀ ਰੋਮਾਣਾ ਦੇ ਖਿਲਾਫ ਸੂਫੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਵੀਡੀਓ ਨੂੰ ਟੈਂਪਰ ਕਰਕੇ ਵੀਡੀਓ ਆਪਣੇ ਟਵਿੱਟਰ ਅਕਾਊਂਟ ਤੇ ਅਪਲੋਡ ਕਰਨ ਦਾ ਦੋਸ਼ ਲੱਗਿਆ। इस संबंधी मोहाली के सैक्टर 70 के मटौर थाने विच धारा 406 469 543 66 आईटी एक्ट तहत रोमाणा खिलाफ परचा दर्ज किया गया है। तो जिहड़ी वीडियो अपलोड की गई है उस विच अकाली लीडर वल्लों भद्दियां टिप्पणियां कीतियां गईयां ने। तो देर शाम बंटी रोमाणा नूं अदालत विच पेश करके 14 दिनां दी न्यायिक हिरासत विच रोपड़ जेल भेज दिता गया। मोहाली पुलिस की टीम ने चंडीगढ़ के सैक्टर 8 स्थित रोमाणा की रिहायश तो दुपहरे 2 बजे के करीब गिरफ्तार करने तो बाद वक्त थावां ते घुमाउण तो बाद रोमाणा नूं थाणा मटौर लिया गया। वायरल हुई वीडियो के बारे सूफी गायक कंवर गरेवाल ने पंजाब सरकार के उच्च अधिकारियों को पहला ही स्पष्ट कर दिया गया कि उसके वल्लों अजिहा कोई गीत नहीं गाया गया बल्कि उसके गीत नाल छेड़छाड़ की गई है जिस बारे उसनूं भी बाद विच पता लग्या। कंवर गरेवाल ने कहा कि सोशल मीडिया चंगे सुनेहे लाउण आपसी भाईचारक सांझ वधाउण दे लई वधिया प्लेटफार्म है ते इसकी सही वरतों की जानी चाहीदी है। ਆਪਾਂ ਨਾ ਕਰੀਏ ਸੋਸ਼ਲ ਮੀਡੀਆ ਬਹੁਤ ਸੋਹਣਾ ਪਲੇਟਫਾਰਮ ਹੈ ਚੰਗੇ ਸੁਨੇਹੇ ਦੇਣ ਦੇ ਲਈ ਮੁਹੱਬਤਾਂ ਵੰਡਣ ਦੇ ਲਈ ਸਾਂਝਾ ਪਾਉਣ ਦੇ ਲਈ ਸੋ ਇੱਥੇ ਆ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਮੈਨੂੰ ਲੱਗਦਾ ਇਹ ਸ਼ੋਭਾ ਨਹੀਂ ਦਿੰਦੀਆਂ ਸੋ ਉਹ ਸੀਐਮ ਨੇ ਸੋ ਇੱਕ ਮਹਾਰਾਜ ਨੇ ਉੱਚਾ ਅਹੁਦਾ ਬਖਸ਼ਿਆ ਉਹਨਾਂ ਨੂੰ ਸੋ ਆਪਾਂ ਸਤਿਕਾਰ ਕਰੀਏ ਉਸ ਅਹੁਦੇ ਦਾ ਤੇ ਲੋੜ ਤਾਂ ਬਈ ਇਸ ਵੇਲੇ ਮੁਹੱਬਤਾਂ ਵੰਡਣ ਦੀ ਹੈ ਤੇ ਮੋਢੇ ਨਾਲ ਮੋਢਾ ਲਾ ਕੇ ਇਹ ਸੋਹਣੇ ਮੁਲਕ ਪੰਜਾਬ ਦੇ ਲਈ ਜੇ ਆਪਾਂ ਕੋਈ ਸੋਹਣਾ ਕੁਛ ਕਰ ਸਕਦੇ ਹਾਂ ਤਾਂ ਉਸ ਕੰਮ ਦੀ ਭਾਵੇਂ ਆਪਾਂ ਸੋਸ਼ਲ ਕੌਜ਼ ਤੇ ਖੇਡੀਏ ਭਾਵੇਂ ਪੋਲਿਟਿਕਸ ਲਈ ਭਾਵੇਂ ਸਾਡੇ ਸਪਿਰਚੁਅਲ ਲਾਈਫ ਦੇ ਲਈ ਖੇਡੀ ਸੋ ਮੈਨੂੰ ਲੱਗਦਾ ਕਿ ਕੰਮ ਤਾਂ ਆਹ ਕਰਨ ਵਾਲੇ ਆ। ਮੈਂ ਵੀ ਆਪਣੇ ਕੰਮ ਲੱਗਿਆ ਹੋਇਆ ਬਾਈ ਜਿੰਨਾ ਕੁ ਮਿਊਜ਼ਿਕ ਨੂੰ ਲੈ ਕੇ ਸੰਗੀਤ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਮੈਂ ਜੋ ਕਰ ਸਕਦਾ ਆਪਣੇ ਗੀਤ ਸੰਗੀਤ ਦੇ ਲਈ ਮੈਂ ਲੱਗਿਆ ਹੋਇਆ ਇਮਾਨਦਾਰੀ ਨਾਲ। ਤੇ ਉਧਰ ਸੁਖਬੀਰ ਬਾਦਲ ਆਪਣੇ ਵਰਕਰਾਂ ਨਾਲ ਰਾਤ ਹੀ ਪੁਲਿਸ ਸਟੇਸ਼ਨ ਤੇ ਡਟ ਗਏ ਅਤੇ ਇੱਥੋਂ ਹੀ ਐਸਐਸਪੀ ਨੂੰ ਫੋਨ ਲਾ ਲਿਆ। ਗੱਲਬਾਤ ਕਰਦੇ ਹੋਏ ਕਿਹਾ ਕਿ ਤੁਸੀਂ ਬੋਲਣ ਦੀ ਆਜ਼ਾਦੀ ਨੂੰ ਵੀ ਹੁਣ ਬੰਦ ਕਰਨਾ ਚਾਹੁੰਦੇ ਹੋ, ਤੁਸੀਂ ਹਰ ਉਸ ਵਿਅਕਤੀ ਦੇ ਖਿਲਾਫ ਪਰਚਾ ਦਿਓਗੇ ਜੋ ਸਰਕਾਰ ਦੇ ਖਿਲਾਫ ਬੋਲੇਗਾ, ਤੁਸੀਂ ਕਿਵੇਂ ਕਹਿ ਸਕਦੇ ਹੋ ਵੀਡੀਓ ਮੌਕ ਹੈ ਜਾਂ ਨਹੀਂ ਹੈ? ਕੀ ਤੁਸੀਂ ਇਹਦੀ ਜਾਂਚ ਕੀਤੀ ਹੈ? ਸੁਖਬੀਰ ਬਾਦਲ ਨੇ ਚੈਲੰਜ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੇਰੇ ਖਿਲਾਫ ਕਈ ਮੌਕ ਵੀਡੀਓ ਜਾਰੀ ਕੀਤੀਆਂ ਨੇ ਤੇ ਮੇਰੇ ਕੋਲ ਹਜ਼ਾਰਾਂ ਅਜਿਹੀਆਂ ਵੀਡੀਓ ਨੇ। ਕੀ ਤੁਸੀਂ ਉਹਨਾਂ ਸਾਰਿਆਂ ਤੇ ਐਕਸ਼ਨ ਲਓਗੇ? ਕੀ ਤੁਸੀਂ ਸਭ ਨੂੰ ਗ੍ਰਿਫਤਾਰ ਕਰੋਗੇ? ਤੁਸੀਂ ਇਸੇ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹੋਗੇ? ਸੁਖਬੀਰ ਬਾਦਲ ਨੇ ਐਸਐਸਪੀ ਮੋਹਾਲੀ ਨੂੰ ਦੱਸਿਆ ਕਿ 6 ਮਹੀਨੇ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਕਹਿੰਦੇ ਮੇਰੇ ਕੋਲ ਵੀ ਆਈ ਸੀ, ਜੇ ਤੁਸੀਂ ਪਰਚਾ ਦਰਜ ਕਰਨਾ ਹੈ ਫਿਰ ਤਾਂ ਲਾਈਨਾਂ ਲੱਗ ਜਾਣਗੀਆਂ, ਤੁਸੀਂ ਉਸ ਬੰਦੇ ਨੂੰ ਫੜੋ ਜਿਸ ਨੇ ਵੀਡੀਓ ਮੌਕ ਕੀਤੀ ਹੈ। ਤੇ ਜਵਾਬ ਦੇ ਵਿੱਚ ਐਸਐਸਪੀ ਨੇ ਕੀ ਕਿਹਾ ਇਸ ਬਾਰੇ ਤਾਂ ਨਹੀਂ ਕੁਝ ਪਤਾ ਲੱਗ ਸਕਿਆ, ਪਰ ਵਾਰੀ ਵਾਰੀ ਸੁਖਬੀਰ ਬਾਦਲ ਇਹ ਕਹਿੰਦੇ ਰਹੇ ਕਿ ਤੁਸੀਂ ਪੁਲਿਸ ਸਟੇਸ਼ਨ ਆਓ, ਆਪਾਂ ਆਮੋ ਸਾਹਮਣੇ ਬਹਿ ਕੇ ਗੱਲ ਕਰਦੇ ਹਾਂ। ਸੁਖਬੀਰ ਬਾਦਲ ਨੇ ਪੁਲਿਸ ਦੇ ਕੰਮ ਕਰਨ ਦੇ ਤਰੀਕੇ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਨੇ ਫੁਰਤੀ ਨਾਲ ਕੇਸ ਦਰਜ ਕਰਕੇ ਬੰਟੀ ਰੋਮਾਣਾ ਨੂੰ ਗ੍ਰਿਫਤਾਰ ਕਰ ਲਿਆ ਪਰ ਤੱਥਾਂ ਦੀ ਘੋਖ ਤੱਕ ਨਹੀਂ ਕੀਤੀ। ਜਦਕਿ ਕਹਿੰਦੇ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੇ ਆਖਰੀ ਨੋਟ ਦੇ ਵਿੱਚ ਸਿੱਧਾ ਸਿੱਧਾ ਸਪਸ਼ਟ ਤੌਰ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਮ ਲਿਖਿਆ ਸੀ। ਉਸ ਦੇ ਖਿਲਾਫ ਕਹਿੰਦੇ ਤੁਸੀਂ ਕਾਰਵਾਈ ਨਹੀਂ ਕੀਤੀ ਹੈਗੀ। ਇਸ ਤੋਂ ਸਿੱਧਾ ਹੀ ਪਤਾ ਲੱਗਦਾ ਕਿ ਪੁਲਿਸ ਦਾ ਕਿਵੇਂ ਸਿਆਸੀਕਰਨ ਹੋ ਚੁੱਕਿਆ ਤੇ ਕਿਵੇਂ ਮੁੱਖ ਮੰਤਰੀ ਦਾ ਹੱਥ ਠੋਕਾ ਬਣ ਕੇ ਪੁਲਿਸ ਰਹਿ ਗਈ ਹੈ। ਭਗਵੰਤ ਮਾਨ ਸ਼ੋਅ ਕਰਨਾ ਚਾਹੁੰਦਾ ਹੈ ਕਿ ਮੇਰੇ ਖਿਲਾਫ ਕੋਈ ਬੋਲੂਗਾ ਮੈਂ ਪਰਚਾ ਦੂੰ। ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕੋਈ ਪਰਚੇ ਤੋਂ ਨਹੀਂ ਡਰਦੇ, ਆਵਾਜ਼ ਲੋਕਾਂ ਦੀ ਬੰਦ ਨਹੀਂ ਕਰ ਸਕਦੇ। ਜੇ ਤੁਸੀਂ ਆ ਪਰਚਾ ਦਿੱਤਾ ਹੈ, ਮੇਰੇ ਕੋਲ ਹਜ਼ਾਰ ਕੰਪਲੇਂਟਸ ਹੈ ਤੁਹਾਡੇ ਖਿਲਾਫ ਜਿਹਦਾ ਤੁਸੀਂ ਮੌਕ ਕੀਤਾ, ਤੁਹਾਡੀ ਪਾਰਟੀ ਨੇ ਜਾਲੀ ਵੀਡੀਓ ਪਾਏ ਹੈ, ਪਰਚਾ ਉਹਦੇ 'ਤੇ ਹੋਣਾ ਚਾਹੀਦਾ। ਜਦੋਂ ਪਰਚਾ ਤੁਹਾਡੇ 'ਤੇ ਤੁਹਾਨੂੰ ਤੁਹਾਡੇ ਦੇ ਖਿਲਾਫ ਕੋਈ ਬੋਲਦਾ ਫਿਰ ਪੀੜਾ ਆਉਂਦੀ ਹੈ। ਜਿਹੜੀ ਵਿਚਾਰੀ ਇੱਕ ਟੀਚਰ ਮੰਤਰੀ ਦਾ ਨਾਂ ਲਿਖ ਕੇ ਸੁਸਾਈਡ ਕੀਤਾ ਹੈ ਅਤੇ ਮੰਤਰੀ ਦੇ ਖਿਲਾਫ ਅੱਜ 2 ਦਿਨ ਦਾ ਪਰਚਾ ਨਹੀਂ ਹੋਇਆ, ਕੋਈ ਪੁਲਿਸ ਵਾਲਾ ਰੋਕ ਨਹੀਂ ਸਕਦਾ ਪਰਚਾ ਇਹਦਾ। ਵੇਰੀਫਾਈ ਕਰਕੇ ਤੁਹਾਡੀ ਪੁਲਿਸ ਦਵਾਈ ਫੱਡੀ ਹੈ ਕਿਉਂਕਿ ਉਹ ਮੰਤਰੀ ਹੈ। ਕਿੰਨੀ ਦੇਰ ਤੁਸੀਂ ਆਪਣੇ ਬੰਦਿਆਂ ਨੂੰ ਬਚਾ ਲਓਗੇ? ਕਾਨੂੰਨ ਕਾਨੂੰਨ ਹੀ ਹੁੰਦਾ, ਜੇ ਸਾਨੂੰ ਹਾਈਕੋਰਟ ਜਾਣਾ ਪਏ ਕਿਤੇ ਵੀ ਜਾਣਾ ਪਏ ਜਾਵਾਂਗੇ, ਪਰ ਇਹ ਜਿਹਾ ਤੁਸੀਂ ਧੱਕਾ ਜਿੰਨਾ ਕਰੋਗੇ ਧੱਕੇ ਤੋਂ ਨਾ ਅਕਾਲੀ ਦਲ ਡਰਿਆ ਨਾ ਡਰਨਾ। ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਮੁੱਖ ਮੰਤਰੀ ਜੀ, ਆਹ ਜਿਹੜੀ ਕੁਰਸੀ ਹੈ ਆਹ ਜਨਤਾ ਨੇ ਤੁਹਾਨੂੰ ਬਿਠਾਇਆ, ਆਹ ਜਨਤਾ ਲਾਉਣ 'ਤੇ ਵੀ ਤਿਆਰ ਹੋਈ ਬੈਠੀ ਹੈ। ਜੋ ਜਨਤਾ ਨੇ ਲਾ ਲਿਆ ਨਾ, ਜਿਹੜੇ ਪੁਲਿਸ ਵਾਲੇ ਅੱਜ ਤੁਹਾਨੂੰ ਸਲੂਟ ਮਾਰਦੇ ਆ ਉਹਨਾਂ ਨੇ ਘੜੀਸ ਕੇ ਤੁਹਾਨੂੰ ਅੰਦਰ ਥਾਣੇ 'ਚ ਲੈ ਕੇ ਜਾਣਾ। ਸੀ ਏ ਸਟਾਫ ਜਿੰਨੇ ਤੁਸੀਂ
लोगों ना तुसी झूठे केस पाए है लोगों ना धक्का किया। सो सुखबीर बादल ने जिथे आम आदमी पार्टी समेत पुलिस से वड्डे इल्जाम लाए, इस दरमियान आम आदमी पार्टी का प्रतिक्रम भी सामने आया है। पार्टी के मुख्य बुलारे मालविंदर सिंह कंग ने सीधा सीधा बंटी रोमाणा ते पंजाबी गायक कंवर गरेवाल की एडिट की वीडियो सांझी करन दे दोष लाए अते इसकी निखेधी की। कंग ने कहा कि बादल जिन्ना मर्जी झूठिया वीडियोज फैला लैन पर पंजाब के लोग हुण बादल परिवार नूं मूंह नहीं लाउणगे। आ इन्हां दा इक अहम लीडर जिहड़ा कि सुखबीर सिंह बादल दा जिहड़ी ओह जिहदे बारे बीजेपी लीडरां ने भी चंडाल चौकड़ी किया, मैं नहीं किया, बंटी शंटी जिहड़े भी सीगे ओह आ के पंजाब दे मशहूर सिंगर दीआं लैणां ते एडिट करके पंजाब दे माणयोग मुख्यमंत्री नूं बदनाम करके लोकां च इक झूठा मैसेज दे के सोचदे सानूं लोक साडी राजनीति जिहड़ी चमक जूगी जां साडी जिहड़ी गवाची जमीन है वह दोबारा सानू मिल सकती है। मतलब ना तो इन्हों को गवर्नेंस बारे कोई मुद्दा है पंजाब सरकार के खिलाफ कोई है ही नहीं, ना कोई करप्शन, क्योंकि ये लुट खसुट के मसीहा रहे हैं सारे बादल परिवार सारी पार्टी, तो ना किसी भाई भतीजावाद का कोई एलीगेशन ला सकते हैं। तो अल्टीमेटली किस निचले स्तर पर आ गई वह पार्टी जिदा मैं थानू संखेप दस्या, लोगों नूं झूठ बोल के अपने नाल ला लूंगे। सो ना तो हुण पंजाब दे लोकां ने गुमराह होना, ना पंजाब दे लोकां ने इन्हां दीआं इहो जिहीआं झूठियां साजिश का हिस्सा बनना, तो ना ही पंजाब दे लोकां ने इन्हां नूं मूंह लाउणा, तो ना ही हुण कानून ने अपना काम करनों हटना। सो आ हद दर्जे का घटियापुणा नीचा स्तर जिहड़ा आ अकाली दल बादल ने दिखाया जिदे ते कानून अपना काम कर रहा। पर मैं ते इस करके तुहाडे राही रूबरू होया सी भी अकाली दल बादल केड़े मुद्दे अज इन्हां को रह गया कि छोले कुलचियां तो लैके सिंगरां दीआं गाणियां नूं एडिट करके ते पंजाब सरकार नूं बदनाम करके सोचदे आ कि साडी हुण कोई राजनीति जिहड़ी इन्हां ते खड़ी हो जूगी। सो पंजाब दे लोकां नूं गुमराह नहीं कीता जा सकता, लेकिन इह गल बड़ी स्पष्ट है कि तुहानूं लोगों ने अजमा भी लिया, तुहानू समझ भी लिया, तुहाडी इस घटिया राजनीति दी लोग लगातार तुहानू जवाब दे रहे हैं। आ जिहड़े दो रह गए मैनू लगता अगली और वह भी नहीं रहने।